ਏ ਆਕਾਸ਼ਵਾਣੀ ਜੰਮੂ ਹੈ ਬੜਲ ਖਬਰਾਂ ਚ ਤੁੰਦਾ ਸਵਾਗਤ ਹੈ ਪਹਿਲੇ ਮੁੱਖ ਮੁੱਖ ਖਬਰਾਂ ਕਰਨੇ ਮੈਂ ਵਿਜੇ ਪਾਜਾਜ ਜੰਮੂ ਕਸ਼ਮੀਰ ਸਰਕਾਰ ਨੇ ਸੰਮੂਲਚੇ ਕੇਂਦਰ ਸ਼ਾਸਤ ਪ੍ਰਦੇਸ਼ ਚ 4G ਮੋਬਾਈਲ ਇੰਟਰਨੈਟ ਸੇਵਾਇਂ ਦੀ ਬਾਲ ਕਰ ਦਿੱਤਾ ਹੈ मुख सचिव भी वी आर सुब्रमण्यम पहले सॉफ्टवेयर मुजब वई फई सिस नेटवर्क का उदघाटन किया सिविल सैक्रेटेट जम्मू की भले आधुनिक किस्मै दी वई फाई सहूलत हासिल हो गई सेहत मंत्री डॉ हर्षवर्धन हो बाईय मुल्खें भारत की कोविड उन्नीस वैक्सीन की सप्लाई गुजारिश की तकरीबन त्रुंजा लख लोगें अजें तगर कर कोरोना शा बचाव टीके लाई ਜੰਮੂ ਕਸ਼ਮੀਰ ਚ ਦਿਵਿਆਂਗ ਲੋਕਾਂ ਲਈ ਕਈ ਸਾਰੀ ਕਲਿਆਣਕਾਰੀ ਯੋਜਨਾਏਂ ਕੀ ਲਾਗੂ ਕੀਤਾ ਜਾ ਰਦਾ ਹੈ ਕੇਂਦਰ ਸ਼ਾਸਿਤ ਪ੍ਰਦੇਸ਼ ਚ ਦਿਵਿਆਂਗ ਲੋਕਾਂ ਦੇ ਅਧਿਕਾਰਾਂ ਸਰਬੰਧੀ ਕਾਨੂੰਨ ਵੀ ਲਾਗੂ ਕਰ ਦਿੱਤਾ ਗਿਆ ਹੈ ਖਬਰਾਂ ਦੀ ਤਫਸੀਲ ਕਰਨ ਹੈ ਪੂਨਮ ਡੋਗਰਾ ਸਮੂਲ ਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਜੰਦੀ ਸੰਝਾ 555 ਦਿਨੇ ਪ੍ਰੰਤ ਇੱਕ ਬਾਰੀ ਪਰਤੇ ਆਈ ਸਪੀਡ ਮੋਬਾਈਲ ਡਾਟਾ ਦੀ 4G ਸੇਵਾ ਬਹਾਲ ਕਰ ਦਿੱਤੀ ਗਈ ਹੈ ਇਦੇ ਬਾਰੇ ਜਾਣਕਾਰੀ ਜੰਮੂ ਕਸ਼ਮੀਰ ਸਰਕਾਰ ਦੇ प्रवक्ता ਰੋਹਿਤ ਕੰਸਲੋ ਨੇ ਇੱਕ ਟਵੀਟ ਰਾਹੀਂ ਦਿੱਤੀ ਚੇਤਾਕ ਜੇ ਪਿਛਲੇ ਬਰੇ 16 ਅਗਸਤ ਗੇ ਸ਼ੜਾ ਕਸ਼ਮੀਰ ਦੇ ਗਾਂਦਰਬਲ ਤੇ ਜੰਮੂ ਖਿੱਤੇ ਦੇ ਉਧमपुर ਇਲਾਕੇ ਚ ਅਜਮਾਇਸ਼ ਦੇ ਦੌਰਾਂ ਪਰ 4ਜੀ ਸੇਵਾ ਬਹਾਲ ਕਰ ਦਿੱਤੀ ਗਈ ਹੀ ਪਰ ਜੰਦੀ ਸੰਜਾ ਸਮੂਲ ਚ ਜੰਮੂ ਕਸ਼ਮੀਰ ਲਈ ਇਹ ਸੇਵਾ ਬਹਾਲ ਕਰ ਦਿੱਤੀ ਗਈ ਹੈ 4G ਇੰਟਰਨੈਟ ਸੇਵਾ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਦੇ ਖਤਮ ਹੋਣ ਦੇ ਮੌਕੇ ਪਰ ਬੰਦ ਕਰ ਦਿੱਤੀ ਗਈ ਹੈ। ਕੱਲ ਸ਼ੁਰੂ ਹੋਈ ਦੀ ਇਸ ਸੇਵਾ ਸ਼ਾ ਸਮੂਲ ਚ ਜੰਮੂ ਕਸ਼ਮੀਰ ਦੇ ਲੋਕਾਂ ਤੇ ਖਾਸ ਕਰਕੇ ਨੌਜਵਾਨੇ, ਵਿਦਿਆਰਥੀ ਤੇ ਵਪਾਰੀਆਂ ਚ ਬੜਾ ਮਤਾ ਉਤਸ਼ਾਹ ਤੇ ਖੁਸ਼ੀ ਦਿਖੀ ਜਾ ਰਹੀ ਹੈ। ਲੈਫਟੇਨੈਂਟ ਗਵਰਨਰ ਮਨੋਜ ਸਿਨਾਰੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਮਤਾ ਮਤਾ ਆਭਾਰ ਪ੍ਰਗਟ ਕੀਤਾ ਜੇ ਉਹਨੇ ਸਮੂਲਚੇ ਜੰਮੂ ਕਸ਼ਮੀਰ ਚ 4G ਮੋਬਾਈਲ ਸੇਵਾ ਪਰਤੀਏ ਬਹਾਲ ਕਰਨੇ ਦੇ ਜੰਮੂ ਕਸ਼ਮੀਰ ਸਰਕਾਰ ਦੇ ਨਿਵੇਦਨ ਦੀ ਸਵੀਕਾਰ ਕੀਤਾ ਮੁੱਖ ਸਚਿਵ ਬੀਬੀਆਰ ਸੁਬ੍ਰਮਣਯਮ ਹੋਰੇ ਜੰਮੂ ਕਸ਼ਮੀਰ ਈ ਗਵਰਨੈਂਸ ਏਜੰਸੀ ਪਾਸਿਆ ਉਪਲਬਧ ਕਰਾਏ ਗਏ ਦੇ ਭਲਿਆਂ ਆਧੁਨਿਕ ਕਿਸਮੇ ਦੇ ਵਾਈਫਾਈ ਨੈਟਵਰਕ ਦਾ ਕੱਲ ਜੰਮੂ ਦੇ ਸਿਵਲ ਸੈਕਟਰੀਏਟ ਚ ਉਦਘਾਟਨ ਕੀਤਾ ਇਹ ਟੈਕਨੋਲੋਜੀ ਸੌਫਟਵੇਅਰ ਮੁਜੇ ਵਾਈਫਾਈ 6 ਨੈਟਵਰਕ ਉਪਰ ਅਧਾਰਿਤ ਹੈ ਤੇ ਜੰਮੂ ਕਸ਼ਮੀਰ ਚ ਸ਼ੁਰੂ ਕੀਤਾ ਗਿਆ ਦਾ ਇਹ ਆਪਣੀ ਕਿਸਮ ਦਾ ਪਹਿਲਾ ਪਹਿਲਾ ਵਾਈਫਾਈ ਇੰਟਰਨੈਟ ਹੈ। ਸੂਚਨਾ ਤੇ ਟੈਕਨੋਲੋਜੀ ਵਿਭਾਗ ਦੇ ਸਚਿਵ ਸਿਮਰਨਦੀਪ ਸਿੰਘ ਨੇ ਮੁੱਖ ਸਚਿਵੋਰੇ ਇਸ ਨਵੇਂ ਨੈਟਵਰਕ ਦੇ ਬਾਰੇ ਚ ਬਿਉਰੇਵਾਰ ਜਾਣਕਾਰੀ ਦਿੱਤੀ। ਮੁੱਖ ਸਚੀਵਰ ਅਤੇ ਸੂਚਨਾ ਤੇ ਟੈਕਨੋਲੋਜੀ ਵਿਭਾਗ ਦੇ ਯਤਨਾਂ ਦੀ ਸਰਾਨਾ ਕੀਤੀ ਤੇ ਗਲਾਜੇ ਭਲਿਆਂ ਨਵੇਂ ਕਿਸਮਾਂ ਦੇ ਇਹ ਵਾਈਫਾਈ ਸੇਵਾ ਇਲੈਕਟ੍ਰੋਨਿਕ ਤਰੀਕੇ ਰਾਹੀਂ ਕੰਮੇ ਕਾਰਵਾਈਆਂ ਕੀ ਅੰਜਾਮ ਦੇਣੇ ਦੇ ਜੰਮੂ ਕਸ਼ਮੀਰ ਸਰਕਾਰ ਦੇ ਤਈਏਗੀ ਔਰ ਵੀ ਪੱਕਾ ਕਰੋਗ ਵੰਜਪ ਵਪਾਰ ਵਿਭਾਗ ਦੇ ਕਮਿਸ਼ਨਰ ਸੈਕਟਰੀ ਮਨੋਜ ਕੁਮਾਰ ਦੀਵੇਦੀ ਹੋ ਰਹੇ ਕੱਲ ਜਕੇ ਮਿਨਰਲਸ ਦੀ 48ਵੀਂ ਸਾਲਾਨਾ ਮੀਟਿੰਗ ਦੀ ਪ੍ਰਧਾਨਤਾ ਕੀਤੀ ਜਕੇ ਐਮ ਐਲ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਕੇ ਗੁਪਤਾ ਹੋ ਰਹੇ ਮੀਟਿੰਗ ਚ ਕਾਰਪੋਰੇਸ਼ਨ ਦੀ ਵਾਰਸ਼ਿਕ ਫਾਈਨੈਂਸ਼ੀਅਲ ਸਟੇਟਮੈਂਟ ਕੀ ਪੇਸ਼ ਕੀਤਾ ਉਹਨੇ ਦੱਸਿਆ ਜੇ ਕੋਵਿਡ 19 ਮਹਾਮਾਰੀ ਦੇ ਬਾਵਜੂਦ ਜਕੇ ਮਿਨਰਲਸ ਨੇ ਸੰਦੋਖਜੋਗ ਕੰਮ ਕੀਤੇ ਨਾ ਕਮਿਸ਼ਨਰ ਸੈਕਟਰੀ ਹੋ ਰਹੇ ਹੈ ਪ੍ਰਬੰਧਨ ਦੇ ਇਸ ਮਹਾਮਾਰੀ ਸਮੇਂ ਦੌਰਾਨ ਸੰਯਮ ਬਣਾਈਏ ਪੂਰੀ ਤਨਦੇਹੀ ਕਰਨੇ ਕੰਮ ਕਰਨੇ ਦੀ ਬੜੀ ਮਤੀ ਸਰਾਹਨਾ ਕੀਤੀ ਉਹਨੇ ਕੰਪਨੀ ਕੀ ਨਿਰਦੇਸ਼ ਦਿੱਤੇ ਜੇ ਉਹ ਨੈਸ਼ਨਲ ਮਿਨਰਲ ਡਿਵੈਲਪਮੈਂਟ ਕਾਰਪੋਰੇਸ਼ਨ ਨੈਸ਼ਨਲ ਮਿਨਰਲ ਐਕਸਪਲੋਰੇਸ਼ਨ ਕਾਰਪੋਰੇਸ਼ਨ ਕਨੇ ਸਾਂਝ ਪਿਆਲੀ ਬਣਾਈਏ ਕੰਮ ਕਰਨਾ ਇਹਦੇ ਕਰੀ ਮਿਨਰਲ ਆਧਾਰਿਤ ਉਦਯੋਗਾਂ ਚ ਹੋਰ ਮਤਾ ਵਿਕਾਸ ਦਿਖਨੇ ਗਿਲਾ ਬਗ ਜੰਮੂ ਦੀਆਂ ਡਿਪਟੀ ਕਮਿਸ਼ਨਰ ਸੁਸ਼ਮਾ ਚੋਹਾਨ ਹੋ ਰਹੇ ਕੱਲ ਇੱਕ ਮੀਟਿੰਗ ਦੌਰਾਨ ਨਿੱਕੀ ਤਵੀ ਇਲਾਕੇ ਦੇ ਤਵੀ ਦੇ ਚੌਥੇ ਪੁਲ ਦੇ ਨੇੜੇ ਨਿਰਮਾਣ ਕੰਮੇ ਉੱਪਰ પ્રતિਬੰਧ ਲਾਉਣ ਦੇ ਕੰਮੇ ਦਾ ਜੈਸਾ ਲਾਤਾ ਮੀਟਿੰਗ ਚ ਅਵੇਧ ਤਰੀਕੇ ਕਨੇ ਜ਼ਮੀਨ ਜਬਤ ਕਰਨ ਦੇ ਪ੍ਰਯਾਸੇ ਕੀ ਨਾਕਾਮਯਾਬ ਬਣਾਉਣ ਲਈ ਸਖਤ ਰਣਨੀਤੀ ਉੱਪਰ ਵੀ ਚਰਚਾ ਕੀਤੀ ਗਈ ਜ਼ਿਲ੍ਹਾ ਮੈਜਿਸਟ੍ਰੇਟ ਜੰਮੂ ਆਸਿਆ CRPC ਦੀ ਧਾਰਾ 144 ਤਹਿਤ ਨਿੱਕੀ ਤਵੀ ਇਲਾਕੇ ਚ ਕੁਸਾ ਵੀ ਕਿਸਮ ਦੇ ਨਿਰਮਾਣ ਕੰਮਾਂ ਉਪਰ ਪਹਿਲੇ ਥਮਾ ਗਏ ਪਾਬੰਦੀ ਲਾਈ ਦਿੱਤੀ ਗਈ ਦੀ ਹੈ ਰਾਜ ਸਭ ਤੇ ਪੁਲਿਸ ਪ੍ਰਸ਼ਾਸਨ ਕੀ ਨਿਰਦੇਸ਼ ਦਿੱਤੇ ਗਏ ਦੇ ਨਾ ਜੇ ਇਲਾਕੇ ਚ ਕੁਸਾ ਕਿਸਮ ਦਾ ਨਿਰਮਾਣ ਕੰਮ ਨਹੀਂ ਹੋਏ ਇਸ ਗੱਲਾਂ ਕੀ ਯਕੀਨੀ ਬਣਾਇਆ ਜਾ ਤੇ ਜੇਕਰ ਇਹ ਨਿਆ ਕੋਈ ਕੰਮ ਦਿਖਿਆ ਜਾਂਦਾ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਕੇਂਦਰ ਨੇ ਸੁਪਰੀਮ ਕੋਰਟ ਦੀ ਇਹ ਜਾਣਕਾਰੀ ਦਿੱਤੀ ਹੈ ਜੇ ਉਹ ਸਿਵਲ ਸੇਵਾਇਆਂ ਦੇ ਇੱਛੁਕ ਔਕੜੇ ਮੇਦਵਾਰਾਂ ਨੂੰ ਇੱਕ ਹੋਰ ਮੌਕਾ ਦੇਣ ਲਈ ਰਾਜ਼ੀ ਹੈ ਜਿਹੜੇ ਪਿਛਲੇ ਬਰੇ ਕੋਰੋਨਾ ਮਹਾਮਾਰੀ ਦੇ ਕਾਰਨ ਇਹ ਮਤਿਆਨ ਨਹੀਂ ਦੇ ਸਕੇ ਹਨ ਤੇ ਜਿੰਦੀ ਇਹ ਮਤਿਆਨ ਦੇਣੇ ਦੀਆਂ ਵੱਧੋ-ਬਦ ਕੋਸ਼ਿਸ਼ਾਂ ਪੂਰੀਆਂ ਹੋਈਗੀਆਂ ਨਾ ਸਰਕਾਰ ਨੇ ਹੁਆਂ ਇਹ ਆਖਿਆ ਜੇ ਉਹ ਔਕੜੇ ਮੇਦਵਾਰਾਂ ਨੂੰ ਇਸ ਮਤਿਆਨ ਲਈ ਹੋਰ ਇੱਕ ਮੌਕਾ ਨਹੀਂ ਦੇਗ ਜਿਹੜੇ ਵੱਧੋ-ਬਦ ਉਮਰ ਦੀ ਅੱਧੇਗੀ ਪਾਰ ਕਰੀ ਗਏ ਨੇ ਕੇਂਦਰ ਸਰਕਾਰ ਦਾ ਇਹ ਫਰਟਾ ਕੁਝ ਵਿਦਿਆਰਥੀਆਂ ਪਾਸਿਆ ਸੁਪਰੀਮ ਕੋਰਟ ਜਰਚਿਕਾ ਦਾਇਰ ਕਰਨ ਦੇ ਮੱਦੇਨਜ਼ਰ ਆਇਆ ਜਿਹਦੇ ਚ ਇਹਨੇ ਵਿਦਿਆਰਥੀਆਂ ਇਹ ਮੰਗ ਕੀਤੀ ਜੇ ਪਿਛਲੇ ਬਰੇ ਕੋਰੋਨਾ ਮਹਾਮਾਰੀ ਦੇ ਕਾਰਨ ਉਹ ਮਜਬੂਰਨ ਇਸਮਤਿਆਨ ਲਈ ਤਿਆਰੀ ਨਹੀਂ ਕਰ ਸਕੇ ਹੈ ਐਸੇ 3800 ਟ੍ਰੈਂਡ ਮੇਦਵਾਰ ਨ ਜਿੰਦੀ ਇਹ ਮਤਿਆਨ ਦੇ ਨੇ ਦੀਆਂ ਵੱਧੂ ਬਦ ਕੋਸ਼ਿਸ਼ਾਂ ਪੂਰੀਆਂ ਹੋਈ ਗਈਆਂ ਨਾ ਇੰਦੇ ਚ 555 ਮੇਦਵਾਰੇ ਪ੍ਰੀਲਿਮਿਨਰੀ ਮਤਿਆਨ ਪਾਸ ਕਰੀ ਦਿੱਤੇ ਦਾ ਤੇ ਸਰਕਾਰ ਦੇ ਇਸ ਫੈਸਲੇ ਕਰਨੇ ਉਨ 3308 ਉਮੀਦਵਾਰਾਂ ਦੀ ਫਾਇਦਾ ਜ਼ ਲੋਗ ਇਹ ਖਬਰਾਂ ਤੁਸ ਆਕਾਸ਼ਵਾਨੀ ਜੰਮੂ ਪ੍ਰਾਂ ਸੁਣਾਰ ਦਿਓ ਤੇ ਉਨ ਬਾਕੀ ਦੀਆਂ ਖਬਰਾਂ ਕਰਨੇ ਵਿਜੇ ਬਜਾਜ ਸਿਹਤ ਸਰਬੰਦੀ ਮਹਿਕਮੇ ਦੇ ਮੰਤਰੀ ਡਾਕਟਰ ਹਰਸ਼ ਵਰਧਨ ਹੋਰੀ ਆਖਿਆ ਜੇ ਬਾਈਏ ਮੁਲਕੇ ਕੋਵਿਡ-19 ਟੀਕਾ ਸਪਲਾਈ ਕਰਨ ਲਈ ਭਾਰਤ ਦੀ ਦਰਖਾਸਤ ਕੀਤੀ ਹੈ उन्होंने लोकसभा में देश भारत ने अगे पंद्रह मुल्खें कोरोना सवा बचाव आला सप्लाई कर दिता है। टीका थे थे सप्लाई करी डॉक्टर हर्षवर्धन हो टीका खुराक ग्रांट सहायता के ठेके आधार पर सप्लाई गए उन्होंने कहा दो फरवरी तोड़ी ग्रांट सहायता के रूप में कुल छपुंजा लख खुराक ठेके आधार पर एक सौ पंज लख खुराक सप्लाई की जा चुकी तई भारत सब्नेजिया ने इक्की दिन कोविड उन्नीस सव बचाव आंजा लख टीके लाने के कम पूरा करने आला मुल्ष भी बनी गया है जिले कि अमरीका ने ਭੀਨ ਦਿਨੇ ਬ੍ਰਿਟਾਨੀਆਂ ਨੇ 43 ਦਿਨੇ ਤੇ ਇਜ਼ਰਾਈਲ ਨੇ 45 ਦਿਨੇ ਦਾ ਸਮਾਂ ਲấy ਕੇ 50 ਲੱਖ ਟੀਕੇ ਲਾਣੇ ਦਾ ਕੰਮ ਪੂਰਾ ਕੀਤਾ ਖਾ ਸਰਕਾਰਾਂ ਆਖਿਆ ਜੀ ਕੱਲ੍ਹ ਸਨੀਆਂ 6 ਵਜੇ ਤੋਂ ਢੀ ਕੋਲ ਰਲਾਈਗੇ 52,90,474 ਲ ਭਾਰਤੀਆਂ ਕੀ ਕੋਵਿਡ 19 ਵਾਂ ਬਚਾ ਲੈ ਟੀਕੇ ਲਾਈ ਜਾ ਚੁਕੇ ਦਿਨ ਨਵੀਂ ਦਿੱਲੀ ਚ ਕਲ ਸਨਿਆ ਪੱਤਰਕਾਰਾਂ ਗੀ ਇਹ ਜਾਣਕਾਰੀ ਦਿੰਦੀ ਹੋਈ ਸੇਤੂ ਸਰਬੰਧੀ ਮਹਿਕਮੇ ਦੇ ਅਤਿਰਿੱਖ ਸਚੀਵ ਡਾਕਟਰ ਮਨੋਹਰ ਅਗਨਾਨੀ ਨੇ ਆਖਿਆ ਜੇ ਇਹ ਲਾਤੜੀ ਕੁਲ ਰਲਾਈ ਹੈ 1,04,781 ਗੀੜੇ ਚ ਟੀਕੇ ਲਾਇਏ ਗੇਨ ਉਹਨਿਆਖਿਆ ਜੇ ਮਸਾਂ 21 ਦਿਨੇ ਚ ਸਭਨੇ ਕੁਲਾ ਤੇਜ਼ੀ ਕਨੇ ਕੰਮ ਕਰਦੀ ਹੋਈ 50 ਲੱਖ ਕੋਵਿਡ-19 ਟੀਕੇ ਲਾਣ ਦੇ ਲਕਸ਼ਯ ਕੀ ਅਸਲ ਕਰ ਲੱਤਾ ਗਿਆ ਡਾਕਟਰ ਅਗਨਾਨੀ ਨੇ ਆਖਿਆ ਜੇ ਛੜੇ ਕੱਲ ਗਏ ਸਾਰੇ ਮੁਲਕਾ ਚ 3,31,029 ਲੋਕਾਂ ਗੀ ਟੀਕੇ ਲਾਇਏ ਗੇਨ ਨੋਵਲ ਕੋਰੋਨਾ ਵਾਇਰਸ ਦੇ ਇੱਕਲ ਜੰਮੂ ਕਸ਼ਮੀਰ ਥਾਣੇ 68 ਨਵੇਂ ਮਾਮਲੇ ਸਾਹਮਣੇ ਆਏ ਨੇ ਇੰਦੇ ਚਾ 15 ਜੰਮੂ ਡਿਵੀਜ਼ਨ ਥਾਣੇ ਤੇ ਕੁੰਜਾ ਕਸ਼ਮੀਰ ਕਾਟੀ ਥਾਣੇ ਇਹਨੇ ਨਵੇਂ ਮਾਮਲੇ ਦੇ ਸਾਹਮਣੇ ਆਉਣੇ ਮਗਰ ਜੰਮੂ ਕਸ਼ਮੀਰ ਚ ਕੋਵਿਡ-19 ਦੇ ਕੁੱਲ تصਦੀਕਸ਼ੁਦਾ ਮਾਮਲਿਆਂ ਦੀ ਗਿਣਤਰੀ ਹੋਰ ਵਧੀ ਹੈ 1,24,785 ਹੋ ਗਈ ਹੈ ਪ੍ਰਦੇਸ਼ ਚ ਇਹ ਲੈ ਕੁੱਲ ਸਕਰੀਏ ਮਾਮਲੇ ਦੀ ਗਿਣਤਰੀ 654 ਇਹਦੇ ਇਲਾਵਾ 1,22,187 ਮਰੀਜ਼ ਬਾਲ ਬਿਓਏ ਦਿਨ ਤੇ 1,944 ਲੋਕਾਂ ਦੀ ਅਜੇ ਤੱਕ ਅਸ ਲਾਗਿਆ ਕਰੀ ਮੌਤ ਬਿਓਏ ਦਿੱਤੀ ਹੈ ਕੋਵਿਡ-19 ਕਾਰਨ ਪ੍ਰਦੇਸ਼ ਚ ਇਕ ਵਿਅਕਤੀ ਦੀ ਮੌਤ ਹੋਈ ਹੈ। ਕੋਵਿਡ-19 ਤੇ 63 ਹੋਰ ਨਮਰੀਜ਼ਾਂ ਹੀ ਠੀਕ ਹੋਣੇ ਪ੍ਰਿੰਤ ਕਲ ਪ੍ਰਦੇਸ਼ ਦੇ ਬੱਕਬੱਕ ਹਸਪਤਾਲ ਨੇ ਥਮਾ, ਛੁੱਟੀ ਵੀ ਦਿੱਤੀ ਗਈ ਹੈ। ਇੰਤਜ਼ਾ 17 ਜੰਮੂ ਖਿੱਤੇ ਥਮਾ ਤੇ 46 ਕਸ਼ਮੀਰ ਕਾਟਿ ਥਮਨ। ਤੁਆਹੀਂ ਪਿਛਲੇ 24 ਘੰਟਿਆਂ ਦੌਰਾਨ ਮੁਲਕ ਪਰਥਮਾ ਨੋਵਲ ਕਰੋਨਾ ਵਾਇਰਸ ਦੇ 12408 ਨਵੇਂ ਮਾਮਲੇ ਸਾਹਮਣੇ ਆਇਨ ਇਹਨੇ ਨਵੇਂ ਮਾਮਲੇ ਗਿਲਾਈਏ ਉਹ ਦੇਸ਼ਾ ਚ ਕਰੋਨਾ ਦੇ ਅਜੇ ਤੱਕ ਸਾਹਮਣੇ ਆਈ ਗਏ ਦੇ ਕੁੱਲ ਮਾਮਲੇ ਦੀ ਗਿਣਤਰੀ ਹੁਣ ਬੀਕ 1 ਕਰੋੜ 8 ਲੱਖ 2592 ਹੋਈ ਗਈ ਹੈ ਇੰਦੇ ਚ 151460 ਸਕਰੀਏ ਮਾਮਲੇ ਨੇ ਤੇ 1 ਕਰੋੜ 496309 ਲੋਕ ਅਜੇ ਤੱਕ ਬਲ ਵੀ ਹੋਈਏ ਦੇ ਨ ਪਿਛਲੇ 24 ਘੰਟਿਆਂ ਦੌਰਾਨ ਮੁਲਕ ਚ ਇਸ ਮਹਾਮਾਰੀ ਕਾਰਨ 120 ਮੌਤਾਂ ਵੀ ਹੋਈਆਂ ਨੇ ਜਿੰਦੇ ਚਲਦੇ ਅਜੇ ਤੱਕ ਇਸ ਮਹਾਮਾਰੀ ਮਾਰੀ ਕਾਰਨ ਜਾਨਵਾਨੀ ਵਾਲੇ ਦੀ કુલ ਗਿਣਤਰੀ ਵਧੀ ਹੈ 154832 ਪੁੱਜੀ ਗਈ ਹੈ ਕੇਂਦਰੀ ਸਿਹਤ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਜੇ ਕੋਵਿਡ ਥਮਾ ਠੀਕ ਹੋਣ ਵਾਲੇ ਮਰੀਜ਼ਾਂ ਦੀ ਦਰ ਉਨ オー ਸੁਧਰੀ ਹੈ 9.16% ਤੱਕ ਪੁੱਜੀ ਗਈ ਹੈ ਸਮਾਜ ਕਲਿਆਣ ਵਿਭਾਗ ਨੇ ਕਹਾਂ ਲਖ ਹੈ ਜੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਦਿਵਿਆਂਗ ਲੋਕਾਂ ਦੇ ਪੂਰੇ ਪ੍ਰਾਤੀ ਵਿਕਾਸ ਤੇ ਆਬਾਦਕਾਰੀ ਲਈ ਕਈ ਸਾਰੀ ਯੋਜਨਾਏਂ ਕੀ ਲਾਗੂ ਕੀਤਾ ਜਾ ਰਿਹਾ ਹੈ ਜੰਮੂ ਕਸ਼ਮੀਰ ਪੁਨਰਗਠਨ ਕਾਨੂੰਨ ਤਹਿਤ ਜੰਮੂ ਕਸ਼ਮੀਰ ਚ ਉਹ ਦਿਵਿਆਂਗ ਲੋਕਾਂ ਦੇ ਅਧਿਕਾਰਾਂ ਦੀ ਸਰਬੰਧੀ ਕਾਨੂੰਨ ਵੀ ਲਾਗੂ ਕਰ ਦਿੱਤਾ ਗਿਆ ਹੈ ਤੇ ਹੁਣ ਸਰਕਾਰ ਨੈਸ਼ਨਲ ਟਰਸਟ ਕਾਨੂੰਨ 1999 ਦੀ ਵੀ ਪ੍ਰਦੇਸ਼ ਚ ਲਾਗੂ ਕਰਵਾਉਣ ਜਾ ਰਹੀ ਹੈ ਮੌਜੂਦਾ ਸਕੀਮੇ ਤਹਿਤ ਸਮਾਜ ਕਲਿਆਣ ਵਿਭਾਗ ਪਾਸਯਾ ਵਿੰਚਨ ਦੇ ਤੌਰ ਉਪਰ 85272 ਦਿਵਿਆਂਗ ਲੋਕਾਂ ਕੀ ਜੰਮੂ ਡਿਵੀਜ਼ਨ ਚ ਪੈਨਸ਼ਨ ਉਪਲਬਧ ਕਰਵਾਈ ਜਾ ਰਹੀ ਚ ਹੈ ਇਤੇ ਲਾਵਾ ਸਰਕਾਰ ਨਵੇਂ ਵਪਾਰ ਕਾਰੋਬਾਰ ਸ਼ੁਰੂ ਕਰਨੇ ਜਾਂ ਸਿੱਖਿਆ ਹਾਸਲ ਕਰਨੇ ਲਈ ਬਕਬਕ ਮਹਿਕ ਮੇ ਤੇ ਏਜੰਸੀਆਂ ਦੇ ਰਾਏ ਦੁਆਰ ਕਰਜੀ ਹਾਸਲ ਕਰਵਾਉਣੇ ਆਸਤੇ ਬੱਦੋਬੱਦ ਉਮਰ ਚ ਬਿਛੂੜ ਦਿਆ ਕਰਦੀ ਹੈ ਸਮਾਜ ਕਲਿਆਣ ਵਿਭਾਗ ਪਾਸਯਾ ਦਿਵਿਆਂਗ ਲੋਕਾਂ ਕੀ ਵਜ਼ੀਫੇ ਤੇ ਕਿਸ਼ ਖਾਸ ਮਾਮਲੇ ਚ ਸਿੱਖਿਆ ਦੀ ਸਹਾਇਕ ਸਮਗਰੀ ਵੀ ਹਾਸਲ ਕਰਵਾਈ ਜਾ ਰਹੀ ਚ ਹੈ ਜ਼ਿਲ੍ਹਾ ਉਦਯੋਗਿਕ ਕੇਂਦਰ ਜੰਮੂ ਪਾਸਿਆ ਨੌਜਵਾਨੀ ਕੀ ਪ੍ਰਧਾਨ ਮੰਤਰੀ ਰੋਜ਼ਗਾਰ ਸਿਰਜਣ ਕਾਰਜਕ੍ਰਮ ਬਾਰੇ ਜਾਗਰੂਕ ਬਣਾਉਣੇ ਵਾਸਤੇ ਕਈ ਸਾਰੇ ਕੈਂਪ ਆਯੋਜਿਤ ਕਰਵਾਏ ਗਏ ਨ। ਜੰਦੀ 4 ਫਰਵਰੀ ਕੀ ਇਸ ਸੇ ਚਾਲੀ ਤੇ ਜਾਗਰੂਕਤਾ ਕੈਂਪ ਤੇ ਸੈਮੀਨਾਰ ਦਾ ਆਯੋਜਨ ਬਲਾਕ ਬਿਛਨਾ ਦੇ ਸਰੌਰ, ਬਲਾਕ ਸੁਚੇਤਗੜ ਦੇ ਚਕਰੋਈ ਗ੍ਰਾਂ ਅਤੇ ਬਲਾਕ ਫਲਾਈ ਮੰਡਾਲ ਦੇ ਹਕਾਲ ਗ੍ਰਾਂਚ ਕੀਤਾ ਗਿਆ। ਇਨੇ ਗ੍ਰਾਂਂ ਦੇ ਬੇਰੋਜ਼ਗਾਰ ਨੌਜਵਾਨੇ ਕੀ ਇਸ ਦਰਨ ਇਨੇ ਸਕੀਮੇ ਦੇ ਫਾਇਦੇ ਤੇ ਉਦਯੋਗ ਤੇ ਵਪਾਰ ਮਹਿਕ ਮੇਂ ਪਾਸੇ ਉਪਲਬਧ ਕਰਵਾਏ ਜਾਰਤੇ ਔਰ ਨੇ ਪ੍ਰੋਤਸਾਹਨੇ ਬਾਰੇ ਜਾਗਰੂਕ ਬਣਾਇਆ कैंप के दौरान युवा उद्यमियों जी ये जानकारी दी गई जो प्रधानमंत्री रोजगार सृजन कार्यक्रम के तहत माल तैयार करने संबंधी सेक्टर च ਪ੍ਰੋਜੈਕਟ ਜਾਂ ਯੂਨਿਟ ਦੀ ਬੰਦੋਬੱਧ ਲਾਗਤ 5 ਲੱਖ ਰੁਪਏ ਤੇ ਸੇਵਾ ਸੈਕਟਰ ਚ ਇਹ ਲਾਗਤ 10 ਲੱਖ ਰੁਪਏ ਹੈ। ਪ੍ਰਤੀਭਾਗੀਆਂ ਕੀ ਇਹ ਜਾਣਕਾਰੀ ਵੀ ਦਿੱਤੀ ਗਈ ਜੇ ਸ਼ਹਿਰੀ ਇਲਾਕਿਆਂ ਚ ਰਹੌਣ ਵਾਲੇ ਆਮ ਸ਼੍ਰੇਣੀ ਦੇ ਮਰਦ ਮੇਦਵਾਰਾਂ ਕੀ 15% ਸਬਸਿਡੀ ਜਿਸ ਲਈ ਕਿ ਗ੍ਰਾਂਜ ਚ ਰਹੌਣ ਵਾਲੇ ਕੀ 5% ਸਬਸਿਡੀ ਦਿੱਤੀ ਜਾਂਦੀ ਹੈ। ਇਸ ਇਲਾਵਾ ਖਾਸ ਸ਼੍ਰੇਣੀ ਦੇ ਮੇਦਵਾਰਾਂ ਕੀ ਸ਼ਹਿਰੀ ਇਲਾਕਿਆਂ ਚ 5% ਤੇ ਗ੍ਰਾਮੀਣ ਇਲਾਕਿਆਂ ਚ 35% ਸਬਸਿਡੀ ਦਾ ਪ੍ਰਬਧਾਨ ਵੀ ਰੱਖਿਆ ਗਿਆ ਹੈ। ਖੇਤ ਚ ਮੁੱਖਮੱਖ ਖਬਰਾਂ ਇੱਕ ਪਰਿਪਰਤੀਏ ਜੰਮੂ ਕਸ਼ਮੀਰ ਸਰਕਾਰ ਨੇ ਸਮੂਲਚੇ ਕੇਂਦਰ ਸ਼ਾਸਿਤ ਪ੍ਰਦੇਸ਼ ਚ 4G ਮੋਬਾਈਲ ਇੰਟਰਨੈਟ ਸੇਵਾਵਾਂ ਦੀ ਬਾਲ ਕਰ ਦਿੱਤਾ ਹੈ ਮੁੱਖ ਸਚਿਵ ਵੀਵੀਆਰ ਸੁਬਰਮਨੇ ਮੋਰੇ ਸਰਕਾਰ ਦੇ ਪਹਿਲੇ ਸੌਫਟਵੇਅਰ ਮੁਜਬ ਵਾਈਫਾਈ 6 ਨੈਟਵਰਕ ਦਾ ਉਦਘਾਟਨ ਕੀਤਾ ਸਿਵਲ ਸੈਕਟਰੇਟ ਜੰਮੂ ਦੀ ਭਲਿਆਂ ਆਧੁਨਿਕ ਕਿਸਮੇ ਦੀਆਂ ਵਾਈਫਾਈ ਸੁਵਿਧਾ ਅਸਲ ਹੋਈਆਂ ਨਾ ਸਿਹਤ ਮੰਤਰੀ ਡਾਕਟਰ ਹਸ਼ਵਰਦਨ ਹੋਰੇ ਆਖਿਆ ਜੇ ਬਾਈਆਂ ਮੁਲਕੇ ਭਾਰਤ ਦੀ ਕੋਵਿਡ-19 ਵੈਕਸੀਨ ਦੀ ਸਪਲਾਈ ਲਈ ਗੁਜ਼ਾਰਿਸ਼ ਕੀਤੀ ਹੈ ਤਕਰੀਬਨ 53 ਤਰੁੰਜਾ ਲਖ ਲੋਕਾਂ ਕੀ ਅਜੇ ਤੱਕ ਕਰੋਨਾ ਸ਼ਾਮ ਬਚਾ ਆਲੇ ਟੀਕੇ ਲਾਈ ਦਿੱਤੇਗੇ ਦਿਨ ਇਹ ਦੇਖਣੇ ਕਿ ਇਸ ਵੇਲੇ ਦਾ ਇਹ ਬੁਲੇਟਿਨ ਸਮਾਪਤ ਹੋਆ